ਨਮਸਕਾਰ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਸਵੇਰ 7 ਵਜੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ। ਜੋ ਤੇਜ਼ ਬਾਰਿਸ਼ ਅੱਜ 1 ਅਗਸਤ ਹੋ ਚੁੱਕੀ ਹੈ, ਤੇਜ਼ ਬਾਰਿਸ਼ ਦੀ ਤੇਜ਼ ਹਨੇਰੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਨਾਲ ਹਵਾਵਾਂ ਤੇਜ਼ ਚੱਲ ਰਹੀਆਂ ਨੇ, ਤਸਵੀਰਾਂ ਤੁਸੀਂ ਸਾਫ ਦੇਖ ਰਹੇ ਹੋ। ਸਾਉਣ ਮਹੀਨੇ ਦੀ ਬਾਰਿਸ਼ ਜੋ ਲੋਕਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀਗਾ, ਕਿਉਂਕਿ ਕਹਿਰ ਦੀ ਗਰਮੀ ਵੱਡੇ ਗੁੰਮਸ ਬਣੀ ਹੋਈ ਸੀ। ਤਪਸ ਦਾ ਜਿਹੜਾ ਮਾਹੌਲ ਬਣਿਆ ਹੋਇਆ ਸੀਗਾ, ਤਪਸ ਬਹੁਤ ਜ਼ਿਆਦਾ ਸੀਗਾ, ਕਾਫੀ ਵੱਡੇ ਪੱਧਰ 'ਤੇ ਜਿਹੜਾ ਹਾਈ ਡਿਗਰੀ ਦੀ ਗਰਮੀ ਸੀ ਆਇਆ ਸੀਗਾ। ਸੋ ਤਸਵੀਰਾਂ ਤੁਹਾਡੇ ਨਾਲ ਤੇਜ਼ ਬਾਰਿਸ਼ ਦੀਆਂ ਸਾਂਝੀਆਂ ਕਰ ਰਹੇ ਹਾਂ, ਜੋ ਫਿਰੋਜ਼ਪੁਰ ਦੇ ਕਸਬਾ ਮੱਲਾ ਵਾਲਾ ਨਜ਼ਦੀਕ ਪਿੰਡ ਫਤਿਹਵਾਲ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿਸ ਤਰ੍ਹਾਂ ਤੇਜ਼ ਬਾਰਿਸ਼ ਪਿਛਲੇ ਅੱਧੇ ਘੰਟੇ ਤੋਂ ਲਗਭਗ 6:30 ਵਜੇ ਤੋਂ ਲੈ ਕੇ ਜਿਹੜਾ ਜਾਰੀ ਹੈ। ਹੁਣ 7 ਦੇ ਤਕਰੀਬਨ ਸਮਾਂ ਹੋ ਚੁੱਕਿਆ ਹੈ, ਤਸਵੀਰਾਂ ਦੇਖ ਸਕਦੇ ਹੋ ਤੇਜ਼ ਬਾਰਿਸ਼ ਦੀਆਂ, ਜੋ ਸਵੇਰ 3 ਵਜੇ ਤੋਂ ਲੈ ਕੇ ਜਿਹੜਾ ਪਹਿਲਾਂ ਹਨੇਰ ਸੀਗਾ, ਸੋ ਮਾੜੀ ਮੋਟੀ ਜਿਹੜੀ ਬੂੰਦਾਬਾਂਦੀ ਹੋਈ ਸੀਗੀ, ਪਰ ਜਿਹੜਾ ਪਿਛਲੇ 6:30 ਵਜੇ ਤੋਂ ਲੈ ਕੇ ਸਵੇਰ ਦੇ 6:30 ਵਜੇ ਤੋਂ ਲੈ ਕੇ ਅੱਧਾ ਪੌਣਾ ਘੰਟਾ ਤਕਰੀਬਨ ਜਿਹੜਾ ਬਾਰਿਸ਼ ਦਾ ਹੋ ਚੁੱਕਿਆ ਹੈ। ਬਾਰਿਸ਼ ਲਗਾਤਾਰ ਤੇਜ਼ ਹੈ, ਤਸਵੀਰਾਂ ਸਾਫ ਦਿਖਾਈ ਦੇ ਰਹੀਆਂ, ਤੁਸੀਂ ਦੇਖ ਸਕਦੇ ਹੋ। ਸੋ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਫਿਰ ਤੋਂ ਇੱਕ ਵਾਰ ਦੱਸ ਦਈਏ ਕਿ ਕਸਬਾ ਫਿਰੋਜ਼ਪੁਰ ਤੋਂ ਜਿਹੜਾ ਮੱਲਾਂ ਵਾਲਾ ਨਜ਼ਦੀਕ ਪਿੰਡ ਫਤਿਹਵਾਲ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤੁਸੀਂ ਵੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਬਿਆਨ ਕਰੋ ਕਿ ਤੁਹਾਡੇ ਬਾਰਿਸ਼ ਆ ਚੁੱਕੀ ਹੈ, ਕਮੈਂਟ ਬਾਕਸਾਂ ਦੇ ਵਿੱਚ ਜ਼ਰੂਰ ਦੱਸੋ, ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜ਼ਰੂਰ ਕਰੋ ਜੇਕਰ ਤੁਹਾਨੂੰ ਵੀ ਇੰਤਜ਼ਾਰ ਹੈ ਬਾਰਿਸ਼ ਦਾ। ਕਿਉਂਕਿ ਕੁਝ ਅਜਿਹੀਆਂ ਫਸਲਾਂ ਵੀ ਨੇ ਜਿਨ੍ਹਾਂ ਨੂੰ ਬਾਰਿਸ਼ ਸ਼ੋਭਾ ਨਹੀਂ ਦਿੰਦੀ, ਪਰ ਜੋ ਕਿਸਾਨ ਜ਼ਿਮੀਂਦਾਰ ਝੋਨੇ ਦੀ ਫਸਲ ਲਗਾ ਚੁੱਕੇ ਨੇ, ਇੱਕ ਵਾਰ ਮੋਟਰਾਂ ਜ਼ਰੂਰ ਸਾਹ ਲੈਣਗੀਆਂ। ਬੇਸ਼ੱਕ 24 ਘੰਟਿਆਂ ਦੇ ਵਿੱਚ 2-4 ਘੰਟੇ ਮੋਟਰ ਚੱਲਦੀ ਹੈ, ਪਰ ਹੁਣ ਲਗਾਤਾਰ ਹੀ ਬੰਦ ਰਹੇਗੀ, ਕਿਉਂਕਿ ਬਾਰਿਸ਼ ਵੱਡੇ ਪੱਧਰ 'ਤੇ ਭਾਰੀ ਮਾਤਰਾ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ। ਸੋ ਦੇਖ ਸਕਦੇ ਤਸਵੀਰਾਂ, ਤੇਜ਼ ਹਨੇਰ ਵੀ ਕਾਫੀ ਨਾਲ ਚੱਲ ਰਿਹਾ ਹੈ। ਹਨੇਰ ਵੀ ਕਾਫੀ ਤੇਜ਼ ਵਾਛੜ ਚੜ੍ਹਦੇ ਤੋਂ ਲਹਿੰਦੇ ਵਾਲੀ ਸਾਈਡ ਨੂੰ। ਜੀ ਹਾਂ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇਜ਼ ਬਾਰਿਸ਼ ਦੀਆਂ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਜ਼ਰੂਰ ਕਰਨਾ, ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ। ਸੋ ਆਪਣੇ ਆਪਣੇ ਇਲਾਕੇ ਦਾ ਲੋਕੇਸ਼ਨ ਜ਼ਰੂਰ ਦੱਸਣਾ ਅਤੇ ਕਿਸ ਇਲਾਕੇ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ, ਤੁਹਾਡੇ ਇਲਾਕੇ ਦਾ ਕੀ ਮਾਹੌਲ ਹੈਗਾ ਹੈ,
ਕੀ ਤੁਸੀਂ ਵੀ ਮੀਂਹ ਦੀ ਬਾਰਿਸ਼ ਦਾ ਇੰਤਜ਼ਾਰ ਕਰ ਰਹੇ ਹੋ? ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਨਾਲ ਬਣੇ ਰਹਿਣ ਲਈ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ, ਲਾਈਕ ਕਰਨਾ, ਆਪਣੇ ਕਮੈਂਟ ਜ਼ਰੂਰ ਦੇਣਾ। ਸੋ ਅਗਲੀ ਅਪਡੇਟ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਆਪਣੇ ਇਲਾਕੇ ਦੇ ਜ਼ਰੂਰ ਤੁਸੀਂ ਬਿਆਨ ਕਮੈਂਟ ਬੋਕਸਾਂ ਦੇ ਵਿੱਚ ਦਰਜ ਕਰਨਾ, ਆਪਣੇ ਇਲਾਕੇ ਦੀ ਲੋਕੇਸ਼ਨ ਸਿਚੁਏਸ਼ਨ ਜ਼ਰੂਰ ਜਿਹੜਾ ਕਮੈਂਟ ਬੋਕਸਾਂ 'ਚ ਦੇਣਾ। ਸੋ ਬਹੁਤ ਬਹੁਤ ਤੁਹਾਡਾ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ।